ਪ੍ਰੈਸ ਵਾਲੇ ਸੀ ਆਪ ਵੀ ਬਾਈ ਚਾਂਸ ਆ ਗਏ ਨੇ ਚੱਲੇ ਤੇ ਕੈਂਪ ਤੇ ਪਤਾ ਨਹੀਂ ਗੁਰੂ ਕੁਮਾਰ ਨੇ ਲਾਇਆ ਪਾਰਕ ਹੈ ਬੜੀ ਵਧੀਆ ਸੀ ਇਹ ਮੰਦਰ ਸ਼੍ਰੀਮਤੀ ਮਨਜੀਤ ਕੌਰ ਬਾਜਵਾ ਪ੍ਰਧਾਨ ਸ਼ਿਵਾਲਿਕ ਸਿਟੀ ਐਸੋਸੀਏਸ਼ਨ। ਅਸੀਂ ਸਾਰੀ ਐਸੋਸੀਏਸ਼ਨ ਨੇ ਜਦੋਂ ਸਾਡੀ ਇਲੈਕਸ਼ਨ ਹੋਈ ਸੀ ਅਸੀਂ ਪ੍ਰਣ ਕੀਤਾ ਸੀਗਾ ਕਿ ਆਪਣੀ ਅਸੀਂ ਸ਼ਿਵਾਲਿਕ ਸਿਟੀ ਨੂੰ ਬਹੁਤ ਹੀ ਵਧੀਆ ਖੂਬਸੂਰਤ ਅਤੇ ਸੁੰਦਰ ਬਣਾਉਣਾ ਹੈ। ਇਸ ਮੰਤਵ ਦੇ ਨਾਲ ਅਸੀਂ ਸਾਰੇ ਜਿਹੜੇ ਸਾਡੇ ਐਸੋਸੀਏਸ਼ਨਸ ਦੇ ਮੈਂਬਰ ਨੇ ਹਰ ਐਤਵਾਰ ਨੂੰ ਅਸੀਂ ਇੱਕ ਜਗ੍ਹਾ ਚੁਣ ਲੈਂਦੇ ਹਾਂ, ਉੱਥੇ ਇਕੱਠੇ ਹੋ ਕੇ ਆਲਾ ਦੁਆਲਾ ਜਿਹੜਾ ਹੈ ਸਾਰਾ ਹੀ ਸਾਫ਼ ਸੁਥਰਾ ਬਣਾਉਂਦੇ ਹਾਂ। ਇਸ ਤੋਂ ਇਲਾਵਾ ਅਸੀਂ ਕਈ ਸ਼ਿਵਾਲਿਕ ਸਿਟੀ ਦੇ ਜਿਹੜੇ ਪਾਰਕਸ ਨੇ, ਜਿਵੇਂ ਚਿਲਡਰਨ ਪਾਰਕ ਹੈ, ਫਾਉਂਟਨ ਪਾਰਕ ਹੈ, ਉਸ ਨੂੰ ਅਸੀਂ ਪੇਂਟ ਵੀ ਕਰਵਾਇਆ ਹੈ ਅਤੇ ਉਸ ਦੀਆਂ ਜਿਹੜੀਆਂ ਪਾਈਪਸ ਨੇ ਉਸ ਨੂੰ ਵੀ ਅਸੀਂ ਪੇਂਟ ਕਰਵਾਇਆ ਹੈ। ਅਸੀਂ ਕਾਫ਼ੀ ਹੱਦ ਤੱਕ ਜਿਹੜੀ ਆਪਣੀ ਸ਼ਿਵਾਲਿਕ ਸਿਟੀ ਨੂੰ ਅਸੀਂ ਸੁੰਦਰ ਬਣਾ ਲਿਆ ਹੈ। ਇਸੇ ਤਰ੍ਹਾਂ ਹੀ ਇਹ ਜਿਹੜੀ ਮੁਹਿੰਮ ਸਾਡੀ ਚੱਲਦੀ ਰਹੇਗੀ ਜਿੰਨੀ ਦੇਰ ਤੱਕ ਸਾਡਾ ਜਿਹੜਾ ਇਹ ਉਦੇਸ਼ ਜਿਹੜਾ ਹੈ ਪੂਰਾ ਨਹੀਂ ਹੁੰਦਾ।